बाबा फरीद जी ने जिन्ने भी सलोका ਦਾ ਉਚਾਰਨ ਕੀਤਾ ਹੈ ਉਹ ਸਾਰੇ ਹੀ ਉਹਨਾਂ ਨੇ ਆਪਣੀ ਜ਼ਿੰਦਗੀ ਤੇ ਉਮਰ ਦੇ ਹਿਸਾਬ ਨਾਲ ਆਪਣੇ ਆਪ ਨੂੰ ਮੁਖਾਤਬ ਕਰਕੇ ਆਪਣੇ ਆਪ ਤੇ ਮਿਸਾਲਾਂ ਦੇ ਕੇ ਹੀ ਉਚਰੇ ਹਨ ਜਦੋਂ बाबा फरीद जी ਦੀ ਉਮਰ ਵਡੇਰੀ ਹੋ ਗਈ ਦਾੜੀ ਮੁੱਛਾਂ ਤੇ ਸਿਰ ਦੇ ਵਾਲ ਚਿੱਟੇ ਹੋ ਗਏ ਅੱਖਾਂ ਦੀ ਨਜ਼ਰ ਤੇ ਸਰੀਰ ਕਮਜ਼ੋਰ ਹੋ ਗਿਆ ਤਾਂ ਆਪ ਜੀ ਸਲੋਕਾਂ ਦਾ ਉਚਾਰਨ ਕਰਕੇ ਉਪਦੇਸ਼ ਕਰਦੇ ਹਨ ਕਿ ਜੋ ਕੰਮ ਵੇਲੇ ਸਿਰ ਹੋ ਜਾਵੇ ਉਸ ਦੀ ਕੋਈ ਰੀਸ ਨਹੀਂ ਇਸ ਤਰ੍ਹਾਂ ਖੁਦਾ ਦੀ ਬੰਦਗੀ ਵੀ ਵੇਲੇ ਨਾਲ ਕੀਤੀ ਜਾਵੇ ਤਾਂ ਠੀਕ ਹੈ ਫਿਰ ਬੁਢਾਪੇ ਵਿੱਚ ਕੁਝ ਨਹੀਂ ਹੋਣਾ ਤੇ ਅਨਸਮੇ ਦੇ ਕੁਝ ਸਲੋਕ ਜੋ ਬਾਬਾ ਫਰੀਦ ਜੀ ਨੇ ਉਚਾਰਨ ਕੀਤੇ ਹਨ ਦੇਖ ਫਰੀਦ ਦਾ ਜਥੀਆ ਦਾੜੀ ਹੋਈ ਪੂਰ ਅੱਗੋਂ ਨੇੜਾ ਆਇਆ ਪਿੱਛਾ ਰਿਆ ਦੂਰ ਫਰੀਦ ਜੀ ਆਪਣੇ ਆਪ ਨੂੰ ਕਹਿੰਦੇ ਹਨ हे ਫਰੀਦ ਵੇਖRightarrow ਵੇਖRightarrow ਹੀ ਵੇਖ ਕੀ ਕੁਝ ਹੋ ਗਿਆ ਕਿ ਤੇਰੀ ਸਾਰੀ ਦਾੜੀ ਚਿੱਟੀ ਹੋ ਗਈ ਪਿੱਛੇ ਜੋ ਜਵਾਨੀ ਦੀ ਉਮਰ ਵਾਲਾ ਸਮਾਸੀ ਉਹ ਬਹੁਤ ਦੂਰ ਲੰਘ ਗਿਆ ਤੇ ਮੌਦ ਦੇ ਆਉਣ ਨਾਲ ਨੇੜੇ ਆ ਗਿਆ ਦੇਖ ਫਰੀਦਾ ਜਥੀਆ ਸक्कर ਹੋਈ ਵਿਸ ਸਾਈਂ ਬਾਜੋ ਆਪਣੇ ਵੇਦਣ ਕਈਏ ਕਿਸ ਹੇ ਫਰੀਦ ਹੁਣ ਦੇਖ ਕੀ ਹੋਇਆ ਕੀ ਜੋ ਵੀ ਮਿੱਠੇ ਪਦਾਰਤ ਸੰ ਸਭ ਕੋੜੇ ਜ਼ਹਿਰ ਵਰਗੇ ਲੱਗਦੇ ਹਨ ਆਪਨੇ ਸਾਈਂ ਤੋਂ ਬਗੈਰ आपनी पीड़ा दा दुखड़ा होर किस नुआ किए? फरीदा अखी देख पतीनिया सुन सुन दीने कन साख पकंदी आया होर करें दीवन मेरिया फरीद जी जीदिया अखा वेख वेख के कमजोर हो गईया हन ते जग दे माड़े चंगे बोल सुन के ਕੰਨ ਬੋਲੇ ਹੋ ਗਏ ਹਨ ਤੇ ਇਸ ਦੇ ਨਾਲ ਹੀ ਦੇਹੀ ਸਰੀਰ ਵੀ ਥੱਕ ਕੇ ਬਿਰਧ ਹੋ ਗਿਆ ਹੈ। ਬਾਬਾ ਫਰੀਦ ਜੀ ਇਹਨਾਂ ਸਾਰੀਆਂ ਗੱਲਾਂ ਨਾਲ ਨਿਚੋੜ ਜਵਾਨੀ ਦੇ ਐਸ਼ ਵਿੱਚ ਲੰਘ ਚੁੱਕੇ ਦਿਨਾਂ ਬਾਰੇ ਇਸ ਸਲੋਕ ਦਾ ਉਚਾਰਨ ਕਰਕੇ ਜਗ ਦੇ ਲੋਕਾਂ ਨੂੰ ਉਪਦੇਸ਼ ਦਿੰਦੇ ਹਨ। ਪਹਿਲੇ ਪਹਿਰੇ ਫੁੱਲਣਾ फल बिपच्छा रात जो जांगन लहन से साईं कन्ने दात रात दे पहले पहर दा सिमरन इक फल समान है ते पिछली रात दे सिमरन दा फल इक फल दे समान है इस फल नु अपने मालिक खुदा पासो ओही प्राप्त करदे हन जेडे अमृत वेले उठ के उस दी बندگی करदे हन फरीदा सिर पलिया दाड़ी पली मुछा भी पलिया फरीद तेरा सिर दाड़ी ते मुछा भी चिटियां हो गई पर हे गाफल ते कमले मन तू हाले भी खुशियां ही मना रहा है चल चल गईया पंखिया ਜਿੰਨੀ ਵਸਾਏ ਤਲ ਫਰੀਦ ਦਾ ਸਰ ਪਰਿਆਪੀ ਚੱਲ ਸੀ ਥੱਕੇ ਕਵਲ ਇਕਲ ਇਸ ਜਗਤ ਵਿੱਚੋਂ ਜੀਵ ਰੂਪੀ ਪੰਛੀਆਂ ਦੀਆਂ ਡਾਰਾ ਵਾਰੋ ਵਾਰੀ ਚੱਲੀਆਂ ਗਈਆਂ ਹਨ ਜਿਨ੍ਹਾਂ ਨੇ ਇਸ ਜਗਤ ਰੂਪੀ ਤਲਾਬ ਨੂੰ ਵਸਾਇਆ ਹੋਇਆ ਸੀ ਰੌਣਕ ਦਿੱਤੀ ਹੋਈ ਸੀ हे ਫਰੀਦ ਪਰਿਆ ਸਰੋਵਰ ਜ਼ਿੰਦਗੀ ਦਾ ਸਰੋਵਰ ਵੀ ਸੁਖ ਜਾਵੇਗਾ ਤੇ ਰੂਹਾ ਇਕੱਲੀਆਂ ਕਮਲਾ ਜਾਣਗੀਆਂ ਕੰਧੀ ਉੱਤੇ ਰੱਖਣਾ ਕਿਚੜਕ ਬੰਨੈ ਧੀਰ ਫਰੀਦਾ ਕੱਚੇ ਪਾਂਡੇ ਰੱਖੀਏ ਕਿਚੜ ਤਾਈਨੀਂ ਦਰਿਆ ਦੇ ਕੰਡੇ ਖੜਾ ਰੁਖ ਕਿੰਨਾ ਕੁ ਚਿਰ ਤੀਰਜ ਕਰੇਗਾ ਤੇ ਕੱਚੇ ਘੜੇ ਵਿੱਚ ਕਿੰਨਾ ਕੁ ਚਿਰ ਪਾਣੀ ਰੱਖਿਆ ਜਾ ਸਕਦਾ ਹੈ ਫਰੀਦ ਜੀ ਕਹਿੰਦੇ ਹਨ ਇਸ ਤਰ੍ਹਾਂ ਹੀ ਇੱਕ ਮਨੁੱਖ ਮੌਤ ਦੀ ਨਦੀ ਕੰਢੇ ਖੜਾ ਹੋ ਕੇ ਇਹ ਕਿੰਨੇ ਕੁ ਚਿਰ ਜੀਵਨ ਦੀ ਆਸ ਰੱਖ ਸਕਦਾ ਹੈ ਫਰੀਦ ਜੀ ਦਾ ਸਰੀਰ ਬਹੁਤ ਬ੍ਰਿੱਧ ਹੋ ਗਿਆ ਉੱਠ ਕੇ ਤੁਰਨਾ ਫਿਰਨਾ ਵੀ ਮੁਸ਼ਕਿਲ ਹੋ ਗਿਆ ਤੇ ਉਹ ਆਪਣੇ ਬੀਤ ਚੁੱਕੇ ਵਕਤ ਦੀ ਗੱਲ ਕਰਕੇ ਸਲੋਕ ਦਾ ਉਚਾਰਨ ਕਰਦੇ ਹਨ ਫਰੀਦਾ ਪੰਨੀ ਕੜੀ ਸਵੰਨਵੀ ਟੁੱਟੀ ਨਾਗਰ ਲਜ ਜੋ ਸੱਜਣ ਕੋ ਪਾਰਥੇ ਸੇ ਕਿਉਂ ਆਵੇ ਅੱਜ ਜਿਸ ਦੀ ਸੋਹਣੇ ਰੰਗ ਵਾਲੀ ਦੇਹੀ ਰੂਪ ਕੜੀ ਭੱਜ ਗਈ ਅਤੇ ਸਵਾਸਾ ਰੂਪੀ ਸੋਣੀ ਲਜ ਟੁੱਟ ਗਈ ਹੁਣ ਉਹਨਾਂ ਨੂੰ ਮਨੁੱਖਾ ਜਨਮ ਵਾਲਾ ਸਮਾ ਫੇਰ ਨਹੀਂ ਮਿਲੇਗਾ ਜਿਹੜੇ ਧਰਤੀ ਉੱਤੇ ਕੇਵਲ ਪਾਰ ਹੀ ਸੰ ਅਰਥਾਤ ਮਨੁੱਖਾ जन्म तार के जेड़े खुदा दी बंदगी नहीं कर दे ओ धरती उत्ते सिर्फ पार ही हन फरीदा महल निसमण रह गए वासा आया तल गोरा से ने मानिया बैसन रूहा मिल आखी से खा बंदगी चलन अज की कल ए उच्चे मंदर महल सब सुरवे रह गए हन, ते हेठा हेठां कबर मिलेगा निमाणिया कबर रूहा मल के बैठ गई ने हे शेख फरीद दी बंदगी कर इस जहान तो कल ही चलना पवेगा